Hello everyone. Good morning, good afternoon, good evening, based on whenever you're watching this video. So this is the book discussion show, and today we are inviting our special guest, Jasleen Sidhu. Hello. Hi Jasleen. Hi. Thank you so much for coming to the show. You're welcome. Aaj assi is show de vich books Jasleen Sidhu jo bhi books padde ne ਉਹਨਾਂ ਬੁੱਕਸ ਦੇ ਬਾਰੇ ਅਸੀਂ ਥੋੜ੍ਹੀ ਬਹੁਤ ਡਿਸਕਸ਼ਨ ਕਰਾਂਗੇ ਅੱਜ ਜਿਹੜੀ ਬੁੱਕ ਦੇ ਬਾਰੇ ਅਸੀਂ ਗੱਲ ਕਰ ਰਹੇ ਹਾਂ ਇਹਦਾ ਨਾਮ ਹੈ ਕਾਊਂਟ ਐਂਡ ਸੇਵ ਵਿਦ ਬਲੂ ਤਾਂ ਜਸਲੀਨ ਜੀ ਸਭ ਤੋਂ ਪਹਿਲਾਂ ਤੁਹਾਡਾ ਸਾਡੇ ਸ਼ੋਅ ਦੇ ਵਿੱਚ ਬਹੁਤ ਸਵਾਗਤ ਹੈ ਥੈਂਕ ਯੂ ਤਾਂ ਤੁਸੀਂ ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਵੀ ਤੁਹਾਨੂੰ ਬੁੱਕਸ ਪੜ੍ਹਨ ਦਾ ਸ਼ੌਂਕ ਕਦੋਂ ਤੋਂ ਪਿਆ ਪਤਾ ਨਹੀਂ ਓਕੇ ਠੀਕ ਹੈ ਤਾਂ ਹੁਣ ਅਸੀਂ ਚੱਲਦੇ ਆ ਇਸ ਬੁੱਕ ਤੇ ਤਾਂ ਇਹ ਬੁੱਕ ਨੂੰ ਤੁਸੀਂ ਰੀਸੈਂਟਲੀ ਕਦੋਂ ਪੜ੍ਹਿਓ ਕਿੰਨੀ ਦੇਰ ਹੋ ਗਈ ਇਹ ਬੁੱਕ ਪੜ੍ਹੇ ਨੂੰ ਇੱਕ ਦਿਨ ਇੱਕ ਹਫਤਾ ਇੱਕ ਮਹੀਨਾ ਇੱਕ ਸਾਲ ਕਿੰਨੀ ਦੇਰ ਹੋ ਗਈ ਇਹ ਬੁੱਕ ਪੜ੍ਹੇ ਨੂੰ ਠੀਕ ਹੈ ਤਾਂ ਇਹ ਬੁੱਕ ਕਿਸ ਟੌਪਿਕ ਤੇ ਹੈ ਇਹ ਬੁੱਕ ਕੋਈ ਸਟੋਰੀ ਹੈ ਫਿਕਸ਼ਨ ਹੈ ਜਾਂ ਇਹ ਬੁੱਕ ਤੁਹਾਨੂੰ ਕੀ ਦੱਸਦੀ ਹੈ The main idea of the book is that Blue wants to get a present for Magenta, but he doesn't have enough money. So he makes a bake sale to get the money. And while he's making the bake sale, they play Blue's Clues to find what the present is. Oh, very good. So you can tell us about the characters in this book. Who is the character in this book? There is Mrs. Salt and Mr. Pepper. There is Magenta. There is Blue. And whenever he has a clue, this is the sign so you know it's a clue. There's I forgot his name. The guy in the green sweater. This one? Yes. ਇਹਦਾ ਨਾਮ ਹੈਗਾ ਦੇ ਸੇ ਹਿਸ ਨੇਮ ਇਨ ਦ ਬਿਗਿਨਿੰਗ ਆਫ ਦ ਸਟੋਰੀ ਓਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਤਾਂ ਇਹ ਜਦੋਂ ਤੁਸੀਂ ਇਸ ਬੁੱਕ ਦੇ ਵਿੱਚ ਸ਼ਾਇਦ ਕੁਝ ਬਣਾਉਣਾ ਵੀ ਸਿਖਾ ਰਹੇ ਆ ਹਨਾ ਵਾਟ ਆਰ ਦੇ ਟ੍ਰਾਈਂਗ ਟੂ ਕੁਕ ਕੁਕੀਜ਼ ਐਂਡ ਮਫਿਨਸ ਇਹ ਕੀ ਬਣਾ ਰਹੇ ਆ ਬੁੱਕ ਦੇ ਵਿੱਚ ਕੁਕੀਜ਼ ਓਕੇ ਐਂਡ ਦੇ ਆਲਸੋ ਮੇਕ ਮਫਿਨਸ ਓ ਵੈਰੀ ਗੁੱਡ ਵੈਰੀ ਗੁੱਡ In the garage sale over last summer, the summer before that. ਉਹ ਜਦੋਂ ਆਪਾਂ ਮਤਲਬ ਗਏ ਸੀ ਗ੍ਰਾਂਡ ਸੇਲ ਤੇ ਗਏ ਸੀ ਵੈਰੀ ਗੁੱਡ ਤੇ ਆਪਾਂ ਵੈਸੇ ਵੀ ਤੁਸੀਂ ਵੈਸੇ ਬੁੱਕਸ ਲੈ ਕੇ ਕਿੱਥੋਂ ਆਉਂਦੇ ਹੋ ਲਾਇਬ੍ਰੇਰੀ ਤੋਂ ਸਕੂਲ ਤੋਂ ਜਾਂ ਕਿਹੜੀ ਜਗ੍ਹਾ ਤੋਂ ਬੁੱਕਸ ਲੈ ਕੇ ਲਾਇਬ੍ਰੇਰੀ ਸਕੂਲ ਕਾਸਕੋਸ ਐਂਡ ਬਰਥਡੇ ਪਾਰਟੀਸ ਇਫ ਆਈ ਗੈਟ ਦਮ ਫਰਮ ਰਿਟਰਨ ਗਿਫਟ ਐਂਡ ਗਰਾਜ ਸੇਲਸ ਤਾਂ ਬੁੱਕਸ ਪੜ੍ਹਨ ਦੇ ਨਾਲ ਨਾਲ ਤੁਸੀਂ ਬੁੱਕਸ ਲਿਖਦੇ ਵੀ ਹੋ ਮੈਨੂੰ ਲੱਗਦਾ ਤੁਸੀਂ ਪਿੱਛੇ ਜੇ ਇੱਕ ਦੋ ਬੁੱਕਸ ਲਿਖੀਆਂ ਸੀਗੀਆਂ ਯਾ ਵਨ ਆਈ ਵਾਸ ਲਿਟਲ ਹਨਾ ਤਾਂ ਹੁਣ ਵੀ ਸ਼ਾਇਦ ਆਪਾਂ ਦੁਬਾਰਾ ਟਰਾਈ ਕਰ ਸਕਦੇ ਹਾਂ ਕੋਈ ਛੋਟੀ ਜੀ ਬੁੱਕ ਲਿਖਣ ਬਾਰੇ ਯਾ ਓਕੇ ਵੈਰੀ ਗੁੱਡ ਠੀਕ ਹੈ ਠੀਕ ਹੈ ਤਾਂ ਇਸ ਬੁੱਕ ਦੇ ਵਿੱਚ ਕੁਝ ਇਹਨਾਂ ਨੇ ਬਣਾਉਣਾ ਵੀ ਸਿਖਾਇਆ ਹੈਗਾ ਵੀ ਕਿੱਦਾਂ ਬਣਾਉਣਾ ਹੈਗਾ They made, they taught you how to make your own piggy bank because that was the gift Blue was giving Magenta. Oh, very good, very good. ਤੁਸੀਂ ਹੁਣ ਇਹ ਦੱਸੋ ਇਹ ਬੁੱਕ ਤੁਸੀਂ ਕਿਸੇ ਨੂੰ ਰੈਕਮੈਂਡ ਕਰੋਗੇ I would recommend it to people like Sukhmani. Oh, but ਉਹ ਤਾਂ ਸੁਖਮਨੀ ਤਾਂ ਅਜੇ ਬਹੁਤ ਛੋਟਾ ਹੈਗਾ ਉਸ ਨੂੰ ਇਸ ਬੁੱਕ ਦੀ ਸਮਝ ਆ ਸਕਦੀ ਹੈ Yes. ਸਾਰੇ ਦਰਸ਼ਕਾਂ ਦਾ ਵੀ ਇਸ ਸ਼ੋਅ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਨੈਕਸਟ ਟਾਈਮ ਅਸੀਂ ਇਸ ਸ਼ੋਅ ਦੇ ਵਿੱਚ ਦੁਬਾਰਾ ਕਿਸੇ ਨਵੀਂ ਬੁੱਕ ਦੇ ਨਾਲ ਤੇ ਕਿਸੇ ਨਵੇਂ ਰਾਈਟਰ ਦੇ ਨਾਲ ਆਵਾਂਗੇ ਤੇ ਸੁਖਮਨੀ ਜੀ ਵੀ ਸਾਡੇ ਸ਼ੋਅ ਦੇ ਵਿੱਚ ਵਿਦਆਊਟ ਇਨਵਾਈਟਿਡ ਅਪੀਅਰੈਂਸ ਦੇ ਰਹੇ ਨੇ We would like to give her a shout out for me recommending the book to her. Sure, Sukhmani, as you know, we will recommend the book to her. Pardon the link. Hello. Thank you so much. Bye bye. Shouldn't she be the one saying thank you for us giving her the book to read? Sukhmani, thank you. Thank you, bye bye, bye bye.
Thank you, everyone. Bye bye. See you next time. Bye bye. Bye.